ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬਰਨਾਲਾ ਫੇਰੀ ਦੇ ਦੌਰਾਨ ਉਸ ਵੇਲੇ ਸਥਿਤੀ ਇਤਨਾ ਪੂਰਨ ਹੋ ਗਈ ਜਦੋਂ ਹਲਕਾ ਭਦੌੜ ਤੋਂ ਦਲ ਬਦਲ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਵਿਧਾਇਕ ਪਰਮਲ ਸਿੰਘ ਧੌਲਾ ਦੇ ਨਿੱਜੀ ਪੀਏ ਦੇ ਵੱਲੋਂ ਇੱਕ ਪੱਤਰਕਾਰ ਦੇ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਦਾ ਮੋਬਾਈਲ ਫੋਨ ਖੋਇਆ ਗਿਆ। ਘਟਨਾ ਦੇ ਵੇਰਵੇ ਦੇ ਅਨੁਸਾਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਕੁਝ ਹੀ ਆਗੂਆਂ ਨੂੰ ਆਉਣ ਦੀ ਇਜਾਜ਼ਤ ਸੀ ਅਤੇ ਹਲਕਾ ਭਦੌੜ ਦੇ ਇੱਕ ਕਾਂਗਰਸੀ ਆਗੂ ਨੂੰ ਜਦੋਂ ਗੇਟ 'ਤੇ ਪੁਲਿਸ ਦੇ ਵੱਲੋਂ ਕਾਫ਼ੀ ਸਮਾਂ ਰੋਕ ਕੇ ਰੱਖਿਆ ਗਿਆ ਤਾਂ ਉਸਨੇ ਗੁੱਸੇ ਦੇ ਵਿੱਚ ਆ ਕੇ ਪਾਰਟੀ ਦੇ ਵੱਲੋਂ ਜਾਰੀ ਕੀਤਾ ਅਹੁਦੇਦਾਰੀ ਦਾ ਕਾਰਡ ਵਿਧਾਇਕ ਪਰਮਲ ਸਿੰਘ ਧੌਲਾ ਦੇ ਵੱਲ ਸੁੱਟ ਦਿੱਤਾ ਜਿਸ ਕਾਰਨ ਵਿਧਾਇਕ ਅਤੇ ਸੰਬੰਧਿਤ ਆਗੂਆਂ ਦੇ ਵਿਚਕਾਰ ਕਿਹਾ ਸੁਣੀ ਵੀ ਹੋਈ ਜਿਸ ਦੀ ਮੌਕੇ 'ਤੇ ਇੱਕ ਪੱਤਰਕਾਰ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਅਤੇ ਉਸ ਪੱਤਰਕਾਰ ਦਾ ਮੋਬਾਈਲ ਪਰਮਲ ਸਿੰਘ ਧੌਲਾ ਦੇ ਪੀਏ ਦੇ ਵੱਲੋਂ ਖੋਹ ਲਿਆ ਗਿਆ ਜਿਸ ਤੋਂ ਬਾਅਦ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਉਸ ਰੈਸਟ ਹਾਊਸ ਦੇ ਮੇਨ ਗੇਟ 'ਤੇ ਹੀ ਧਰਨਾ ਲਗਾ ਦਿੱਤਾ ਅਤੇ ਇਸ ਮੌਕੇ ਪੱਤਰਕਾਰਾਂ ਦਾ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਹਾਂ। ਮੰਤਰੀ ਰਾਣਾ ਗੁਰਜੀਤ ਸਿੰਘ ਆਪਣਾ ਜਿਹੜੇ ਹੈਗੇ ਇੱਥੇ ਆਏ ਹੋਏ ਸੀ ਅਤੇ ਇੱਕ ਕੋਈ ਕਾਂਗਰਸ ਦੇ ਨੁਮਾਇੰਦੇ ਆ ਜਿਹੜੇ ਕੋਈ ਦਿੱਲੀ ਤੋਂ ਉਹ ਪਹੁੰਚੇ ਹੋਏ ਸੀ ਇੱਥੇ ਮੀਟਿੰਗ ਵਰਕਰਾਂ ਦੀਆਂ ਤਕਲੀਫਾਂ ਦੁੱਖ ਤਕਲੀਫਾਂ ਸੁਣਨ ਵਾਸਤੇ ਤਾਂ ਪੱਤਰਕਾਰਾਂ ਨੂੰ ਜਦ ਇਸ ਸੰਬੰਧੀ ਪਤਾ ਲੱਗਿਆ ਵੀ ਉੱਥੇ ਕੋਈ ਗਹਿਮਾ ਗਹਿਮੀ ਹੋ ਰਹੀ ਹੈ ਉੱਥੇ ਹੋਰ ਵੀ ਜਿਹੜੇ ਉਹਨਾਂ ਦੇ ਇੱਥੇ ਧੜੇਬੰਦੀ ਕਰਕੇ ਗਰੁੱਪਿਜ਼ਮ ਹੈਗਾ ਗਾ ਉਹਦੇ 'ਚ ਕੋਈ ਧੜੇਬੰਦੀ ਕਰਕੇ ਰੌਲਾ ਪੈ ਰਿਹਾ ਹੈਗਾ ਉਹਨੂੰ ਕਵਰੇਜ ਕਰਨ ਵਾਸਤੇ ਕੁਝ ਪੱਤਰਕਾਰ ਜਿਹੜੇ ਹੈ ਸਥਾਨਕ ਰੈਸਟ ਹਾਊਸ ਪਹੁੰਚੇ ਅਤੇ ਜਿੱਥੇ ਇੱਕ MLA ਦੇ ਜਿਹੜਾ PA ਹੈ ਉਹਦੇ ਵੱਲੋਂ ਪੱਤਰਕਾਰ ਦਾ ਮੋਬਾਈਲ ਖੋਇਆ ਗਿਆ ਉਹਦੇ ਨਾਲ ਬਦਸਲੂਕੀ ਕੀਤੀ ਗਈ ਅਤੇ ਜਿਹਦੇ ਰੋਸ ਵਜੋਂ ਪੱਤਰਕਾਰਾਂ ਵੱਲੋਂ ਜਿਹੜਾ ਰੈਸਟ ਹਾਊਸ ਦੇ ਮੂਹਰੇ ਹੈ ਜਿਹੜਾ ਧਰਨਾ ਲਾ ਦਿੱਤਾ ਗਿਆ ਅਤੇ ਹੁਣ ਧਰਨਾ ਜਿਹੜਾ ਹੈ ਉਹ ਇਸ ਉਹਦੇ ਨਾਲ ਚੁਕਾਇਆ ਗਿਆ ਹੈ ਇਸ ਸ਼ਰਤ 'ਤੇ ਚੁੱਕਿਆ ਗਿਆ ਹੈ ਵੀ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲਾ ਜਿਹੜਾ ਹੈ PA ਹੈ MLA ਵਿਧਾਇਕ ਪਰਮਲ ਸਿੰਘ ਧੌਲਾ ਦਾ ਅਤੇ ਉਹਨਾਂ ਉਹਦੇ 'ਤੇ ਪਰਚਾ ਜਿਹੜਾ ਹੈ ਵਿਧਾਇਕ ਪਰਮਲ ਸਿੰਘ ਧੌਲਾ ਨੇ ਵਿਸ਼ਵਾਸ ਦਵਾਇਆ ਪ੍ਰੈਸ ਨੂੰ ਵੀ ਮੈਂ ਆਪਣੇ ਵੱਲੋਂ ਉਹਦੇ 'ਤੇ ਪਰਚਾ ਦਰਜ ਕਰਵਾਵਾਂਗਾ ਅਤੇ DC ਬਰਨਾਲਾ ਨੇ ਜਿਹੜਾ ਹੈ ਉਹ ਆਸ਼ਵਾਸਨ ਦਿੱਤਾ ਹੈ ਪੱਤਰਕਾਰਾਂ ਨੂੰ ਵੀ ਜਿਹੜੀ ਕੋਈ ਕਿਸੇ ਪੁਲਿਸ ਅਫਸਰ ਵੱਲੋਂ ਵੀ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ ਹੈ ਉਹਦੇ ਉੱਪਰ ਵੀ ਜਿਹੜਾ ਹੈਗਾ ਬਣਦੀ ਕਾਰਵਾਈ ਕੀਤੀ ਜਾਏਗੀ ਜਾਂ ਉਸ ਤੋਂ ਰਿਲਾਈਜ਼ ਜਿਹੜਾ ਹੈਗਾ ਕਰਵਾਇਆ ਜਾਵੇਗਾ ਜਿਹਦੇ ਨਾਲ ਪ੍ਰੈਸ ਦੀ ਜਿਹੜੀ ਹੈਗੀ ਹੈ ਆਜ਼ਾਦੀ ਦੇ ਹਮਲੇ ਨੂੰ ਰੋਕਿਆ ਜਾ ਸਕੇ ਅਤੇ ਜਿਹੜਾ ਪੱਤਰਕਾਰਾਂ ਦਾ ਮਾਣ ਸਨਮਾਨ ਹੈ ਉਹ ਬਹਾਲ ਕਰਾਇਆ ਜਾ ਸਕੇ। ਜਿਹੜਾ ਅੱਜ ਪ੍ਰੈਸ ਦੇ ਇੱਥੇ ਬਦਸਲੂਕੀ ਕੀਤੀ ਗਈ ਹੈ ਜਿਹੜਾ ਰੈਸਟ ਹਾਊਸ ਦੇ ਵਿੱਚ ਅੱਜ ਰਾਣਾ ਗੁਰਜੀਤ ਸਿੰਘ ਮੰਤਰੀ ਇੱਥੇ ਆਏ ਸੀ ਔਰ ਇੱਥੇ ਕਾਂਗਰਸ ਦੀ ਜਿਹੜੀ ਗੁੱਟਬਾਜੀ ਆਪਸ ਵਿੱਚ ਹੀ ਚੱਲਦੀ ਸੀ ਉਹਦੇ 'ਚ ਲੜਾਈ ਝਗੜਾ ਹੋਣ ਦਾ ਖਤਰਾ ਵੀ ਸੀ ਅਤੇ ਬਾਅਦ ਦੇ ਵਿੱਚ ਹੋਈ ਵੀ ਹੈ ਲੜਾਈ ਝਗੜਾ ਉਸ ਨੂੰ ਛੁਪਾਉਣ ਦੇ ਲਈ ਕਾਂਗਰਸ ਦੇ ਜਿਹੜੇ ਇੱਥੋਂ ਦੇ ਆਗੂ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਆਦੇਸ਼ ਦਿੱਤੇ ਹੋਏ ਸੀ ਵੀ ਇੱਥੇ ਜਿਹੜਾ ਮੀਡੀਆ ਹੈ ਉਹਨੂੰ ਅੰਦਰ ਦੀ ਕਵਰੇਜ ਕਰਨ ਤੋਂ ਰੋਕਿਆ ਜਾਵੇ ਜਿਹਦੇ ਕਰਕੇ ਜਿਹੜਾ ਪ੍ਰਸ਼ਾਸਨ ਨੇ ਪੁਲਿਸ ਵਾਲਿਆਂ ਨੇ ਖਾਸ ਤੌਰ 'ਤੇ ਉਹਨਾਂ ਨੇ ਮੀਡੀਆ ਦੇ ਜਿਹੜੇ ਆਏ ਹੋਏ ਰਿਪੋਰਟਰ ਸੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇੱਕ ਯਾਦਵਿੰਦਰ ਸਿੰਘ ਭੁੱਲਰ ਸਾਡੇ ਪੱਤਰਕਾਰ ਨੇ ਉਹਨਾਂ ਦਾ ਮੋਬਾਈਲ ਵੀ ਇੱਕ ਜਿਹੜਾ ਪਿਰਮਲ ਸਿੰਘ ਵਿਧਾਇਕ ਆ ਉਹਦੇ PA ਨੇ ਖੋਲ੍ਹਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਮਾਮਲੇ ਨੂੰ ਹੱਲ ਕਰਨ ਦੀ ਬਜਾਏ ਜਿਹੜੇ ਇੱਥੋਂ ਦੇ SP ਗੁਰਬਾਜ ਸਿੰਘ ਨੇ ਉਹਨਾਂ ਨੇ ਆ ਕੇ ਪ੍ਰੈਸ ਦੇ ਨਾਲ ਹੋਰ ਬਦਸਲੂਕੀ ਕੀਤੀ ਧਮਕੀਆਂ ਦਿੱਤੀਆਂ ਵੀ ਜੇਕਰ ਇਹ ਇੱਥੋਂ ਧਰਨਾ ਜਿਹੜਾ ਪ੍ਰੈਸ ਨੇ ਦਿੱਤਾ ਸੀ ਅੱਜ ਵੀ ਜੇ ਉਹ ਤੁਸੀਂ ਨਹੀਂ ਚੱਕਦੇ ਤਾਂ ਅਸੀਂ ਇਹਨੂੰ ਧੱਕੇ ਨਾਲ ਡਾਂਗਾਂ ਸੋਟੀਆਂ ਦੇ ਨਾਲ ਅਸੀਂ ਉਠਾ ਸਕਦੇ ਹਾਂ ਜਿਹਦੇ ਤੋਂ ਜਿਹੜਾ ਪ੍ਰੈਸ ਦਾ ਮਾਮਲਾ ਹੈ ਉਹ ਹੋਰ ਜ਼ਿਆਦਾ ਭੜ ਗਿਆ। ਅਤੇ ਦੇਖੋ ਜੀ ਸਮੁੱਚੀ ਪ੍ਰੈਸ ਦੇ ਨਾਲ ਉਹਨਾਂ ਨੇ ਜਿਹੜੀ ਬਦਸਲੂਕੀ ਕੀਤੀ ਹੈ ਇਹਦੀ ਅਸੀਂ ਘੋਰ ਨਿੰਦਾ ਵੀ ਕਰਦੇ ਹਾਂ ਔਰ ਬਰਨਾਲਾ ਸੰਘਰਸ਼ਾਂ ਦੀ ਧਰਤੀ ਹੈ ਜੇ ਸਾਡੇ ਪੱਤਰਕਾਰ ਨੂੰ ਜਿਸ ਤਰ੍ਹਾਂ ਦਾ ਉਹਨਾਂ ਨੇ ਬਿਹੇਵ ਕੀਤਾ ਗਾ ਜੇ ਉਹ SP ਅਜੇ ਵੀ ਰਿਲਾਈਜ਼ ਨਹੀਂ ਕਰਦਾ ਤਾਂ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਔਰ ਅਸੀਂ ਸਮੁੱਚੇ ਪ੍ਰਸ਼ਾਸਨ ਦਾ ਬਾਈਕਾਟ ਵੀ ਕਰਾਂਗੇ ਔਰ ਇਸ ਸੰਘਰਸ਼ ਨੂੰ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹੋਰ ਤਕੜਾ ਕਰਾਂਗੇ ਔਰ ਇਹਦਾ ਵੱਡੀ ਪੱਧਰ 'ਤੇ ਵਿਰੋਧ ਕਰਾਂਗੇ। ਸੋ ਅੱਜ ਸਾਡੀ DC ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕੱਲ੍ਹ ਦਾ ਮੀਟਿੰਗ ਰੱਖੀ ਹੈ ਜੇ ਕੱਲ੍ਹ ਕੋਈ ਸਾਡਾ ਫੈਸਲਾ ਨਹੀਂ ਹੁੰਦਾ ਤਾਂ ਅਸੀਂ ਫਿਰ ਕਿਸਾਨ ਜਥੇਬੰਦੀਆਂ ਅਤੇ ਹੋਰ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਸਾਡੇ ਸੰਪਰਕ 'ਚ ਨੇਗੀਆਂ ਅਸੀਂ ਵੱਡਾ ਸੰਘਰਸ਼ ਵਿੱਢਾਂਗੇ ਇਸ ਮਾਮਲੇ ਨੂੰ। ਪੱਤਰਕਾਰਾਂ ਦੀ ਮੰਗ ਸੀ ਕਿ ਵਿਧਾਇਕ ਧੌਲਾ ਮਾਫ਼ੀ ਮੰਗਣ ਅਤੇ ਉਹਨਾਂ ਦੇ PA ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਇਸੇ ਕਰਕੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਦੱਸਿਆ ਜਾ ਰਿਹਾ ਕਿ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਪੱਤਰਕਾਰਾਂ ਦੀ ਹਮਾਇਤ ਦੇ ਵਿੱਚ ਰੈਸਟ ਹਾਊਸ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਉਹ ਪੱਤਰਕਾਰਾਂ ਦੀ ਹਮਾਇਤ ਦੇ ਵਿੱਚ ਪਹੁੰਚੇ ਅਤੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਡਿਪਟੀ ਕਮਿਸ਼ਨਰ ਅਤੇ SSP ਵੀ ਧਰਨੇ 'ਤੇ ਪੁੱਜੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਹੋਈ ਬਦਸਲੂਕੀ ਦਾ ਅਫਸੋਸ ਵੀ ਕੀਤਾ ਅਤੇ ਵੀ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਮਾਂ ਹੀ ਦੱਸੇਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ। ਬਰਨਾਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।
खबर की ताज़ा अपडेट के लिए साड़े यूट्यूब चैनल सब्सक्राइब करो, फेसबुक चैनल लाइक शेयर करो।